ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ذریعے ਪੰਜਾਬ ਦੇ ਵਿੱਚ ਰੰਗਲਾ ਪੰਜਾਬ ਦਾ ਸੁਪਨਾ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਪਣੇ ਇਸ ਵਕਤ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਇੱਕ ਇੱਕ ਕਦਮ ਅੱਗੇ ਵਧਾ ਰਹੇ ਹਨ ਇਸ ਸੰਬੰਧ ਵਿੱਚ ਤੁਹਾਨੂੰ ਅੱਜ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਗਿਲ ਦੇ ਪਿੰਡ ਰੰਗਿਆ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਝੰਡਾ ਚੁੱਕਣ ਵਾਲੇ ਤੁਹਾਡੇ ਰੂਬਰੂ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਸਰਦਾਰ ਜਗਜੀਤ ਸਿੰਘ ਜੀ ਦਾ ਔਰ ਉਸ ਤੋਂ ਬਾਅਦ ਨਾਮ ਆਉਂਦਾ ਕਰਮਜੀਤ ਸਿੰਘ ਖਾਲਸਾ ਜੀ ਦਾ ਔਰ ਪ੍ਰਵਿੰਦਰ ਸਿੰਘ ਜਸਪ੍ਰੀਤ ਸਿੰਘ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਸਰਦਾਰ ਕਰਮਜੀਤ ਸਿੰਘ ਖਾਲਸਾ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਦੀ ਸਾਂਝ ਬੁਲਾ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਮਜੀਤ ਜੀ ਤੁਹਾਡੇ ਨਾਲ ਪਹਿਲਾਂ ਗੱਲ ਸ਼ੁਰੂ ਕਰਦੇ ਆਂ ਜੀ ਇਹ ਦੱਸੋ ਕਿ ਭਗਵੰਤ ਮਾਨ ਵੱਲੋਂ ਲਏ ਗਏ ਫੈਸਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਅਸੀਂ ਬਿਲਕੁਲ ਸੰਤੋਸ਼ਟ ਆ ਜੀ ਉਹਨਾਂ ਦੇ ਫੈਸਲਿਆਂ ਤੋਂ ਬਹੁਤ ਵਧੀਆ ਫੈਸਲੇ ਲਏ ਨੇ ਸਰਕਾਰਾਂ 70 ਸਾਲਾਂ ਚ ਕੁਝ ਨਹੀਂ ਕਰ ਸਕੀਆਂ ਪੰਜਾਬ ਦਾ ਉਹਨਾਂ ਨੇ ਆ ਕੇ 10 ਦਿਨਾਂ ਦੇ ਵਿੱਚ ਵਿੱਚ ਸਾਨੂੰ ਰਿਜ਼ਲਟ ਦੇਣੇ ਸ਼ੁਰੂ ਕਰਤੇ ਇੰਨੇ ਵਧੀਆ ਕੰਮ ਕੀਤੇ ਆ ਉਹਨਾਂ ਨੇ ਅਸੀਂ ਸੰਤੁਸ਼ਟ ਆ ਉਹਨਾਂ ਦੀ ਫੈਸਲੇ ਆ ਜੇਕਰ ਗੱਲ ਕਰੀਏ ਕਿ ਭਗਵਾਨ ਮਾਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਲਈ ਜੋ ਇਜਲਾਸ ਦੇ ਵਿੱਚ ਸਰਪੰਚ ਦੇ ਕਮਾਂਕਾਰਾਂ ਨੂੰ ਦੇਖਣ ਦੀ ਗੱਲ ਕੀਤੀ ਗਈ ਆ ਔਰ ਜਿੱਥੇ ਸਰਪੰਚ ਭਾਈਚਾਰਾ ਆਪਣੇ ਪਿੰਡਾਂ ਦੇ ਵਿਕਾਸ ਕੰਮ ਕਰਵਾਉਣ ਦੇ ਵਿੱਚ ਕਿਤੇ ਕਮੀ ਉਹਨਾਂ ਵਿੱਚ ਨਜ਼ਰ ਆ ਰਹੀ ਆ ਉੱਥੇ ਸਰਪੰਚ ਬਦਲਣ ਦੀ ਵੀ ਗੱਲ ਕੀਤੀ ਗਈ ਆ ਇਹਦੇ ਬਾਰੇ ਤੁਸੀਂ ਕੀ ਸੋਚਿਆ ਦੇਖੋ ਜੀ ਜਿਹੜਾ ਸਰਪੰਚਾਂ ਨੇ ਕਭਲੇ ਕੀਤੇ ਨੇ ਜਾਂ ਸਹੀ ਪਿੰਡ ਦੀ ਡਿਵੈਲਪਮੈਂਟ ਨਹੀਂ ਕਰਾਈ ਉਹਨਾਂ ਨੂੰ ਬਦਲਣ ਚ ਹੀ ਫਾਇਦਾ ਵਾ ਠੀਕ ਕਿਹਾ ਉਹਨਾਂ ਨੇ ਬਦਲਨੇ ਚਾਹੀਦੇ ਨੇ ਜਿਨ੍ਹਾਂ ਨੇ ਕੰਮ ਨਹੀਂ ਵਧਿਆ ਕੀਤੇ ਜਿਹੜੇ ਕੰਮ ਲਟਕਦੇ ਨੇ ਗਲੀਆਂ ਨਾਲੀਆਂ ਪਈਆਂ ਨੇ ਉਮੀ ਪੰਜ-ਪੰਜ ਸਾਲ ਰਾਜ ਕਰਦੇ ਆ ਆਪਣਾ ਲੋਟ ਦੇਖਦੇ ਆ ਕਿਸੇ ਗਰੀਬ ਦਾ ਕੋਈ ਅਰਥ ਨਹੀਂ ਸਾਰਨਾ ਆਪਦੇ ਜਿਹੜੇ ਆਪਦੇ ਪੱਖੀ ਨੇ ਆਪਦੇ ਹੱਕ ਦੇ ਨੇ ਉਹਨਾਂ ਦੇ ਬੰਦੇ ਦੇ ਕੰਮ ਹੋ ਰਹੇ ਨੇ ਦੂਜੇ ਬੰਦੇ ਨੂੰ ਬੁਲਾਉਂਦੇ ਵੀ ਨਹੀਂ ਅਜਨਾ ਕਿਸੇ ਬੰਦੇ ਨੂੰ ਕੰਮ ਨਹੀਂ ਕਰਦੇ ਕਿਸੇ ਦਾ ਸੋ ਠੀਕ ਕਿਹਾ ਜੀ ਭਗਵੰਤ ਮਾਨ ਜੀਆ ਨੇ ਆਓ ਆਪਾਂ ਗੱਲਬਾਤ ਕਰਦੇ ਆ ਸਰਦਾਰ ਜਗਜੀਤ ਸਿੰਘ ਜੀ ਦੇ ਨਾਲ ਜਗਜੀਤ ਜੀ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਵੋਟਰਾਂ ਸਪੋਰਟਰਾਂ ਦੀ ਤਾਂ ਕਿਤੇ ਨਾ ਕਿਤੇ ਜਾ ਕੇ ਇੱਕ ਹੌਣ ਲੱਗੀ ਹੋਈ ਆ ਉਹਦਿਆਂ ਨੂੰ ਲੈ ਕੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੇ ਆਮ ਆਦਮੀ ਪਾਰਟੀ ਦੇ ਵੋਟਰਾਂ ਸਪੋਰਟਰਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਦਿਆਂ ਦੇ ਸਬੰਧ ਵਿੱਚ ਜਿਹੜੇ ਬੰਦੇ ਹੁਣ ਮੂਰੇ ਹੋਗੇ ਤੁਰੇ ਨੇ ਪਹਿਲ ਤਾਂ ਉਹਨਾਂ ਦੇ ਆਧਾਰ ਤੇ ਹੁੰਦੀ ਆ ਬਾਕੀ ਦੇਖੋ ਜਿੱਮੇ ਸਾਡੀ ਪਾਰਟੀ ਹੁਕਮ ਕਰੂਗੀ ਉਸ ਸਭਾਬ ਨਾਲ ਸੇਵਾ ਸੁਭਾਵਨਾ ਕਰੀ ਜਾਵੇ। ਕਿਰਪਾ ਕਰਾਂ ਗੱਲ ਕਰੀਏ ਤੁਹਾਡੇ ਹੀ ਪਿੰਡ ਰੰਗੀਆਂ ਦੀ। ਰੰਗੀਆਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਸ਼ੁਰੂ ਤੋਂ ਚੱਲਣ ਵਾਲੇ ਸਖਸ਼ ਹੋਰ ਸੀ ਪਰ ਜਿਸ ਤਰ੍ਹਾਂ ਹੀ ਭਗਵੰਤ ਮਾਨ ਦਾ ਚਿਹਰਾ ਸੀਐਮ ਦੇ ਬਤੋ ਸੀਐਮ ਵਜੋਂ ਸਾਹਮਣੇ ਦਿੱਤਾ ਗਿਆ ਤਾਂ ਨਾਲ ਦੀ ਨਾਲ ਕਾਂਗਰਸੀ ਅਕਾਲੀਆਂ ਵਿੱਚ ਕੁਝ ਹੋੜ ਜਿਹੀ ਲੱਗਦੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕੁਝ ਕਾਂਗਰਸੀ ਨੇ ਜਿਹੜੇ ਅਹੁਦੇ ਲੈਣਾ ਚਾਹੁੰਦੇ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਹੁਣ ਹੋਰ ਕੁਰਸੀ ਦੇ ਪਿੱਛੇ ਤਾਂ ਹਰੇਕ ਬੰਦਾ ਭੱਜਿਆ ਫਿਰਦਾ ਵਾ ਵੀ ਮੈਂ ਮੂਰੇ ਹੋਜਮਾ ਹੁਣ ਮੈਂ ਮੂਰੇ ਹੋਜਮਾ ਪਰ ਜਦੋਂ ਲੋਡ ਸੀਗੀ ਉਸ ਟਾਈਮ ਬੰਦਾ ਕੋਈ ਨਹੀਂ ਖੜਦਾ ਹੈਗਾ ਇਹ ਨਾਲ ਜੀ ਤਰਸ਼ਕ ਨੂੰ ਦੱਸਣਾ ਚਾਹਾਂਗੀ ਕਿ ਹਲਕਾ ਗਿਲ ਤੋਂ ਐਮ ਐਲ ਏ ਸਰਦਾਰ ਜੀਵਨ ਸਿੰਘ ਸੰਗੋਵਾਲ ਦੀ ਜਦੋਂ ਇਸ ਪਿੰਡ ਦੇ ਵਿੱਚ ਪਹੁੰਚੇ ਇਕ ਦੋ ਦਿਨ ਪਹਿਲਾਂ ਉਹਨਾਂ ਨੇ ਧੰਨਵਾਦੀ ਮੀਟਿੰਗ ਕੀਤੀ ਉਸ ਸੰਬੰਧ ਵਿੱਚ ਗੱਲਬਾਤ ਕਰ ਰਹੇ ਹਾਂ ਜਿ ਜੀ ਜੀ ਤੁਹਾਡੇ ਪਿੰਡ ਦੇ ਵਿੱਚ ਜਦੋਂ ਤੁਹਾਡੇ ਐਮ ਐਲ ਏ ਜੀਵਨ ਸਿੰਘ ਸੰਘੋਵਾਲ ਜੀ ਨੇ ਧੰਨਵਾਦੀ ਮੀਟਿੰਗ ਕੀਤੀ ਤਾਂ ਇਹ ਚਾਣ ਲੈਣਾ ਪਾਉਗੇ ਕਿ ਲੋਕਾਂ ਦਾ ਹਜ਼ੂਮ ਕਿਸ ਤਰ੍ਹਾਂ ਸੀ ਇਲੈਕਸ਼ਨ ਤੋਂ ਪਹਿਲਾਂ ਵਾਲਾ ਮਾਹੌਲ ਸੀ ਜਾਂ ਹੁਣ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਨਵੀਂ ਉਮੀਦ ਦਿਖ ਰਹੀ ਹੈ ਨਵੀਂ ਉਮੀਦ ਦਿਖ ਰਹੀ ਹੈ ਜੀ ਪਹਿਲਾਂ ਮਾਹੌਲ ਹੋਰ ਸੀਗਾ ਪਰ ਹੁਣ ਬਹੁਤ ਆਹ ਨਾਲ ਲੋਕ ਇਕੱਠੇ ਹੋਏ ਨੇ ਬਹੁਤ ਇਕੱਠਾ ਹੋਇਆ ਬਾਈ ਜੀ ਬਹੁਤ ਲੋਕ ਜੁੜੇ ਨੇ ਨਾਲ ਹੋਰ ਵੀ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਐਮਐਲਏ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਦੀ ਤਾਂ ਇਹ ਦੱਸੋ ਕਿ ਪਿੰਡ ਰੰਗੀਆਂ ਦੀ ਹੈ ਕਿਹੜੇ ਕਿਹੜੇ ਪਿੰਡ ਦੇ ਵਿਕਾਸ ਕੰਮ ਨੇ ਕਿਹੜੇ ਕਿਹੜੇ ਇਹੋ ਜਿਹੇ ਕੰਮ ਨੇ ਜਿਨ੍ਹਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਚਾਹਦੇ ਹੋ ਕਿ ਤੁਹਾਡੇ ਐਮਐਲਏ ਪਹਿਲ ਦੇ ਆਧਾਰ ਤੇ ਤੁਹਾਡੇ ਪਿੰਡ ਦੀਆਂ ਸਮੱਸਿਆਵਾਂ ਖਤਮ ਕਰਨ ਤਾਂ ਸਾਡੇ ਗਰਾਊਂਡ ਹੈ ਨਹੀਂਗਾ ਪਿੰਡ ਦੇ ਵਿੱਚ ਇੱਕ ਸਾਡਾ ਸਕੂਲ ਡਿਪਾਰਟਮੈਂਟ ਹੋਣ ਵਾਲਾ ਵਾ ਉੱਥੇ ਇੱਕੋ ਟੀਚਰ ਆ ਜਿਹੜਾ ਉਹੀ ਸਾਰੇ ਬੱਚਿਆਂ ਨੂੰ ਉਹ ਕਰ ਰਿਹਾ ਵਾ ਤੇ ਇੱਕ ਦੋ ਕੰਮ ਹੋਰ ਨੇ ਪਿੰਡ ਦੇ ਉਹ ਬਣਾ ਕੇ ਸਰਦਾਰ ਜੀਆਂ ਕੋਲ ਜਾਵਾਂਗੇ ਸੀ ਤੇ ਉਹ ਕਹਿੰਦੇ ਸੀ ਕਿ ਪਹਿਲ ਦੇ ਆਧਾਰ ਤੇ ਤੁਹਾਡੇ ਕੰਮ ਕਰਾਂਗੇ ਆਓ ਆਪਾਂ ਦੁਬਾਰਾ ਗੱਲਬਾਤ ਕਰਦੇ ਆਂ ਕਰਮਜੀਤ ਸਿੰਘ ਖਾਲਸਾ ਜੀ ਦੇ ਨਾਲ ਖਾਲਸਾ ਜੀ ਗੱਲ ਚੱਲਦੀ ਹੈ ਤੁਹਾਡੇ ਪਿੰਡ ਦੀ ਪਿੰਡ ਰੰਗੀਆਂ ਦੇ ਵਿੱਚ ਹੁਣ ਤੱਕ ਸਕੂਲ ਦੇ ਵਿੱਚ ਸਿਰਫ ਇੱਕ ਅਧਿਆਪਕ ਪਹਿਲਾਂ ਤਿੰਨ ਸੀਗੇ ਜੀ ਹੁਣ ਆ ਰਿਟਾਇਰਮੈਂਟ ਹੋ ਗਈ ਦੁਬਾਰਾ ਜਿਹੜੇ ਅਸਾਮੀਆਂ ਖਾਲੀ ਨੇ ਉਹ ਨਹੀਂ ਭਰੀਆਂ ਗਈਆਂ ਕੋਈ ਮੇਰੇ ਖਿਆਲ ਇਕੋ ਹੀ ਸਾਡੇ ਮਾਸਟਰ ਜੀ ਨੇ ਜਿਹੜੇ ਪੜਾਉਂਦੇ ਨੇ ਔਰ ਉਹ ਬਹੁਤ ਵਧੀਆ ਨੇਕ ਇਨਸਾਨ ਨੇ ਵਧੀਆ ਕੰਮ ਕਰਦੇ ਨੇ ਉਹ ਕਰਮਜੀਤ ਸਿੰਘ ਖਾਲਸਾ ਜੀ ਜਿਸ ਵਿੱਚ ਤੁਹਾਡੇ ਪਿੰਡ ਦੇ ਵਿੱਚ ਸਿਰਫ ਇੱਕ ਟੀਚਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਐਮ ਐਲ اے ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੇ ਤੁਹਾਨੂੰ ਕੀ ਭਰੋਸਾ ਦਵਾਇਆ ਸਕੂਲ ਦੇ ਸਬੰਧ ਵਿੱਚ ਉਹ ਕਹਿ ਰਹੇ ਨੇ ਵੀ ਜਿੰਨੇ ਤੁਹਾਨੂੰ ਜਿਵੇਂ ਬੱਚਿਆਂ ਦੀ ਗ੍ਰੋਥ ਵਧੂਗੀ ਟੀਚਰ ਤਾਂ ਆਣੀ ਆਣੇ ਨੇ ਕਿਉਂਕਿ ਹੁਣ ਭਗਵੰਤ ਮਾਨ ਜੀ ਨੇ ਨਾਅਰਾ ਲਾਇਆ ਹੈ ਵੀ ਸਿੱਖਿਆ ਨੂੰ ਵਧੀਆ ਉੱਚੇ ਉੱਚੇ ਪੱਧਰ ਤੇ ਲੈ ਕੇ ਜਾਣਾ ਵਾ ਤੇ ਉਹ ਸਾਨੂੰ ਉਮੀਦ ਆ ਇਹਨਾਂ ਤੇ ਵੀ ਸਾਨੂੰ ਬਣਦੇ ਜਿੰਨੇ ਸਾਡੇ ਬੱਚੇ ਨੇ ਉਹਨਾਂ ਨੂੰ ਪੜਾਉਣ ਲਈ ਦੋ ਤਿੰਨ ਟੀਚਰ ਸਾਨੂੰ ਹੋਰ ਦਿੱਤੇ ਜਾਣ ਵਧੀਆ ਗੱਲਾਂ ਜੀ ਦੇਣਗੇ ਵੀ ਸਾਨੂੰ ਉਹ ਸਾਨੂੰ ਆਸ ਵੀ ਆ ਉਹਨਾਂ ਤੋਂ ਤੇ ਕਰਮਜੀਤ ਖਾਲਸਾ ਜੀ ਜਿੱਥੇ ਖਾਲਸਾ ਸ਼ਬਦ ਨਾਮ ਦੇ ਨਾਲ ਲੱਗ ਜਾਂਦਾ ਹੈ ਉੱਥੇ ਦਿਲ ਦੇ ਵਿੱਚੋਂ ਸੱਚੀ ਆਵਾਜ਼ ਹੀ ਨਿਕਲਦੀ ਹੈ ਕੱਲ ਗੁਰਦਾਸਪੁਰ ਤੋਂ ਇੱਕ ਸਖਸ਼ ਨੇ ਸਰੀਆਮੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਉਹਨਾਂ ਦਾ ਕਾਰਨ ਸਿਰਫ ਤੇ ਸਿਰਫ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਦੀ ਸੁਪਰੀਮੋ ਸੈਂਟਰ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰੇਗੀ ਤਾਂ ਉਹ ਭਗਵੰਤ ਮਾਨ ਦੇ ਨਾਲ ਨੇ ਕੇਜਰੀਵਾਲ ਦੇ ਨਾਲ ਨਹੀਂ ਤੁਸੀਂ ਇਸ ਬਾਰੇ ਕੀ ਸੋਚਿਆ ਹੋਇਆ ਠੀਕ ਹੈ ਜੀ ਅਸੀਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀਆ ਦੇ ਨਾਲ ਹੀ ਆ ਅਸੀਂ ਪੰਜਾਬ ਦਾ ਭਲਾ ਚਾਹਾਂਗੇ ਨਾ ਕਿ ਅਸੀਂ ਦਿੱਲੀ ਦਾ ਭਲਾ ਚਾਹਾਂਗੇ ਜਿੱਥੇ ਅਸੀਂ ਬਸਣਾ ਵਾ ਸਾਨੂੰ ਆਪਣੇ ਲਈ ਚੰਗੀਆਂ ਸਹੂਲਤਾਂ ਸਾਨੂੰ ਦੇਣਗੇ ਭਗਵੰਤ ਸਿੰਘ ਮਾਨ ਜੀ ਸਾਡੇ ਸੀਐਮ ਨੇ ਬਹੁਤ ਵਧੀਆ ਚੰਗੇ ਫੈਸਲੇ ਕਰ ਰਹੇ ਨੇ ਔਰ ਸਾਨੂੰ ਅੱਗੇ ਤੋਂ ਵੀ ਆਸ ਆ ਵੀ ਜਿਹੜੇ ਸਾਡੇ ਪਿੰਡਾਂ ਦੇ ਵਿਕਾਸ ਹੋਣ ਵਾਲੇ ਨੇ ਇੱਥੇ ਸਾਡੀ ਲੋੜ ਪਊਗੀ ਅਸੀਂ ਨਾਲ ਖੜਾਂਗੇ ਜੀ ਉਹਨਾਂ ਦੇ ਜਿਨੇ ਜੋ ਕਿ ਅਸੀਂ ਹਾਜ਼ਰ ਹੈਗੇ ਆ ਸਾਰੇ ਖੜਾਂਗੇ ਜੀ ਪਿੰਡ ਵਾਲੇ ਸਾਨੂੰ ਪਿੰਡ ਤੋਂ ਬਹੁਤ ਵਧੀਆ ਸਹਿਯੋਗ ਮਿਲਿਆ ਵਾ ਔਰ ਅਸੀਂ ਸਾਰਿਆਂ ਨੇ ਇਹੀ ਫੈਸਲਾ ਲਿਆ ਵੀ ਆਉਣ ਵਾਲੇ ਸਮੇਂ 'ਚ ਵੀ ਜੋ ਸਾਨੂੰ ਲੋੜ ਪਊ ਇੱਥੇ ਸਾਡੇ ਨਾਲ ਪਿੰਡ ਸਾਡਾ ਖੜੂਗਾ ਜੀ ਨਾਲ ਔਰ ਅਸੀਂ ਭਗਵਾਨ ਤੁਮਨ ਜੀ ਦੇ ਫੈਸਲੇ ਦਾ ਸਰਾਘਾ ਕਰਾਂਗੇ ਵੀ ਜੇ ਸੈਂਟਰ ਕੋਈ ਸੁਪਰੀਮੋ ਸੈਂਟਰ ਕੇਜਰੀਵਾਲ ਦੀ ਸਾਡੇ ਨਾਲ ਧੱਕਾ ਕਰਨਗੇ ਅਸੀਂ ਉਹਨਾਂ ਨਾਲ ਨਹੀਂ ਖੜਾਂਗੇ ਤੇ ਜੇਕਰ ਗੱਲ ਕੀਤੀ ਜਾਵੇ ਬਿਜਲੀ ਦੇ ਮੀਟਰਾਂ ਦੀ ਜੇਕਰ ਤੁਹਾਡੇ ਪਿੰਡ ਰੰਗੀਆਂ ਦੇ ਵਿੱਚ ਟੀਮ ਆ ਕੇ ਪ੍ਰੀਪੇਡ ਮੀਟਰ ਲਗਾਉਂਦੀ ਹੈ ਕੀ ਤੁਹਾਡੇ ਪਿੰਡ ਦੇ ਵਿੱਚ ਉਹ ਮੀਟਰ ਲਗਾਣ ਦਿੱਤੇ ਜਾਣਗੇ ਨਹੀਂ ਜੀ ਅਸੀਂ ਲਗਾ ਨਹੀਂ ਦੇਣੇ ਜੀ ਉਹ ਅਸੀਂ ਵਿਰੋਧ ਕਰਾਂਗੇ ਸਰ ਨਾਲ ਇਹ ਵੀ ਦੱਸ ਦਿਓ ਕਿ ਤੁਸੀਂ ਕਿਉਂ ਵਿਰੋਧ ਕਰੋਗੇ ਕਿਉਂਕਿ ਜਿਹੜੀ 300 ਜੁਟ ਮੁਕਤਲੀ ਗੱਲ ਕਰ ਰਹੇ ਸੀ ਸਾਨੂੰ ਦੇਣ ਨੂੰ ਉਹ ਜਦੋਂ ਪ੍ਰੀਪੇਡ ਹੋ ਗਿਆ ਅਸੀਂ ਉਹ ਪੈਸੇ ਭਰਾਵਾਂਗੇ ਫਿਰ ਤਾਂ ਮੁਕਤਲ ਕੰਮ ਹੀ ਚੱਕਿਆ ਗਿਆ ਜੀ ਉਹਦੇ ਵਿੱਚੋਂ ਸੋ ਇਸ ਕਰਕੇ ਗਰੀਬਾਂ ਨਾਲ ਬਹੁਤ ਤੱਕਾ ਹੋਊਗਾ ਕਿ ਗਰੀਬਾਂ ਦਾ ਕਿੱਥੋਂ ਭਰਾਊਗਾ ਜੇ 500 ਕੋਲੇ ਹੋਊਗਾ ਅਗਲਾ ਰੋਟੀ ਪਾਣੇ ਦਾ ਮਸਾ ਗੁਜ਼ਾਰੇ ਚੱਲਦੇ ਆ ਪਹਿਲਾਂ 500 ਪਰ ਅਗਲੇ ਕਿੱਥੋਂ ਮੁੱਲ ਲੈ ਲਊਗਾ ਜੀ ਸੋ ਇਸ ਕਰਕੇ ਅਸੀਂ ਜੋ ਉਹਨਾਂ ਦੀਆਂ ਸਕੀਮਾਂ ਨੇ ਭਗਵੰਤ ਮੰਨ ਜਾਂਦੀਆਂ ਅਸੀਂ ਉਹਦੇ ਨਾਲ ਸਹਿਮਤ ਆ ਅਸੀਂ ਦੂਜੇ ਮੀਟਰ ਲੱਗਣ ਨਹੀਂ ਦੇਣਾ ਜਿਹੜੇ 프리 ਬਿਡਮੀਟਰ ਲੱਗਣਗੇ ਜੀ ਉਹਨਾਂ ਨਾਲ ਜਿਹੜੇ ਸਾਡੇ ਗਰੀਬ ਦਾਪਕ ਅਸੀਂ ਵੀ ਉਹਨਾਂ ਚ ਆਉਂਦੇ ਆ ਪਰ ਸਾਨੂੰ ਇਹਨਾਂ ਨੂੰ ਬਹੁਤ ਦਿੱਕਤ ਆਉਣੀ ਆ ਜਿਹੜੇ ਫ੍ਰੀ ਵਾਲੇ ਸੀ ਉਹ ਕਿੱਥੋਂ ਕਿੱਥੋਂ ਬਿੱਲ ਭਰਨਗੇ ਜੀ ਮਸਾ ਤਾਂ 3-400 ਰੁਪਏ ਦਿਹਾੜੀ ਲੈਂਦੇ ਨੇ ਉਹ 5 500 700 ਕਿੱਥੋਂ ਭરાਉਣਗੇ ਪਹਿਲਾਂ ਜੀ ਬਿੱਲ ਨਹੀਂ ਭਰਾ ਹੋਣਾ ਜੀ ਸੋ ਕਿਰਪਾ ਕਰਕੇ ਅਸੀਂ ਉਹਨਾਂ ਨੂੰ ਕਹਿਣਾ ਵੀ ਚਾਹੁੰਦੇ ਆਂ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਵੀ ਸਾਡੇ ਨਾਂ ਲਾਏ ਜਾਣ ਤੁਸੀਂ ਇਹਨਾਂ ਦਾ ਡਟ ਕੇ ਵਿਰੋਧ ਕਰੋ ਜੀ ਪਿੰਡਾਂ 'ਚ ਗਰੀਬ ਆਦਮੀ ਮਾਰਿਆ ਜਾਊਗਾ ਜੀ ਸਿਟੀ ਲਾਈਫ ਚੈਨਲ ਦੇ ਜ਼ਰੀਏ ਤੁਹਾਡੇ ਐਮ ਐਲ ਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਜੀ ਵੀ ਸਾਡੇ ਪਿੰਡ ਦਾ ਜੋ ਕੰਮ ਹੋਣ ਵਾਲੇ ਨੇ ਸਾਡੇ ਪਿੰਡ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ਔਰ ਅਸੀਂ ਸੰਗੋਵਾਲ ਸਾਹਿਬ ਦੇ ਬਿਲਕੁਲ ਨਾਲ ਖੜੇ ਆਂ ਜੀ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਅਸੀਂ ਉਹਨਾਂ ਦੀ ਪਹਿਲਾਂ ਵੀ ਸਪੋਰਟ ਕੀਤੀ ਆ ਅੱਜ ਵੀ ਕਰਾਂਗੇ ਅੱਗੇ ਤੋਂ ਵੀ ਕਰਦੇ ਰਹਿਣਾ ਸਰ ਜੀ ਜੇਕਰ ਗੱਲ ਕੀਤੀ ਜਾਵੇ ਵਿਧਾਇਕਾਂ ਦੀ ਪੈਨਸ਼ਨ ਦੀ ਤੁਹਾਨੂੰ ਇਹ ਸਵਾਲ ਤਾਂ ਕੀਤਾ ਜਾ ਰਿਹਾ ਕਿ ਤੁਹਾਡੇ ਹਲਕਾ ਗਿਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਬਾਦ ਜੀ ਇਸ ਇਹਨਾਂ ਪੈਨਸ਼ਨਾਂ ਦੇ ਮੁੱਦੇ ਉੱਤੇ ਕੁਝ ਜ਼ਿਆਦਾ ਹੀ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਤੇ ਇਹ ਪੈਨਸ਼ਨਾਂ ਦੇ ਮੁੱਦੇ ਨੂੰ ਤੁਸੀਂ ਕਿਸ ਤਰ੍ਹਾਂ ਦੇ ਕੁਲਦੀਪ ਸਿੰਘ ਬਾਦ ਜੀ ਉਹਨਾਂ ਨੂੰ ਵੈਸੇ ਗੱਲ ਕਰਨ ਦੀ ਸੋਭਾ ਨਹੀਂ ਦਿੰਦੀ ਸੀ ਉਹ 20 ਕਰੋੜ ਰੁਪਏ ਦਾ ਸ਼ੋਅ ਕਰ ਰਹੇ ਨੇ ਤੇ 60 50 60 ਹਜ਼ਾਰ ਪੈਸੇ ਦੇ ਪਿੱਛੇ ਕਿੰਨਾ ਕੁਛ ਕਰ ਰਹੇ ਨੇ ਕਿੰਨੇ ਪਾਪੜ ਬਿਲ ਰਹੇ ਨੇ ਜੀ ਸਾਨੂੰ ਸਾਡਾ ਸਰਦਾ ਨਹੀਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਦੇਖੋ ਜੀ ਜਿਹੜਾ 5-7000 ਰੁਪਿਆ ਮਹੀਨਾ ਕਮਾਉਂਦਾ ਬੰਦਾ ਉਹਦਾ ਵੀ ਗੁਜ਼ਾਰਾ ਹੋ ਰਿਹਾ ਇਹਦਾ 60-7000 ਦਾ ਗੁਜ਼ਾਰਾ ਨਹੀਂ ਹੋ ਰਿਹਾ ਬਹੁਤ ਮਾੜੀ ਗੱਲ ਹੈ ਜੀ ਇਹਨਾਂ ਵਾਸਤੇ ਸੋ ਭਗਵੰਤ ਮਾਨ ਜੀ ਬਿਲਕੁਲ ਸਹੀ ਫੈਸਲੇ ਲੈ ਰਹੇ ਨੇ ਇੱਕ ਪੈਸੇ ਨਹੀਂ ਮਿਲਣੀ ਚਾਹੀਦੀ ਆ ਉਹ ਵੀ ਜਿੰਨੀ ਨਾਰਮਲ ਆ ਉਨੀ ਮਿਲਣੀ ਚਾਹੀਦੀ ਆ ਜੀ ਅਸੀਂ ਡਟ ਕੇ ਵਿਰੋਧ ਕਰਦੇ ਆ ਬੈਦ ਜੀ ਉਹਨਾਂ ਦਾ ਜਿਨ੍ਹਾਂ ਨੇ ਇਹ ਕਿਹਾ ਵੀ ਸਾਡਾ ਸਰਦਾ ਨਹੀਂ ਜੀ ਦੇਖੋ ਗਰੀਬ ਆਦਮੀ ਦਾ ਵੀ ਸਰਦਾ ਹੀ ਆ ਇਹ ਤਾਂ ਲੈਂਡਲੋਰਡ ਨੇ ਇਹਨਾਂ ਦਾ ਕਿ 20 ਕਰੋੜ ਰੁਪਏ ਦੀਆਂ ਇਹਨਾਂ ਕੋਲੇ ਪ੍ਰਾਪਰਟੀਆਂ ਨੇ 20 ਕਰੋੜ ਰੁਪਏ ਸ਼ੋਅ ਕਰ ਰਹੇ ਨੇ ਇਹਨਾਂ ਦਾ ਕਿਉਂ ਨਹੀਂ ਸਰਦਾ ਸਾਡਾ ਵੀ ਸਰਦਾ ਹੀ ਆ ਜੀ ਸੋ ਇਹਨਾਂ ਨੂੰ ਇਹ ਗੱਲਾਂ ਸੋਭਾ ਨਹੀਂ ਦੰਦੀਆਂ ਹੁਣ ਸਰਕਾਰ ਆਮ ਪਾਰਟੀ ਦੀ ਆ ਅਸੀਂ ਆਸ ਰੱਖਦੇ ਆਂ ਵੀ ਆਮ ਪਾਰਟੀ ਬਿਲਕੁਲ ਸਹੀ ਸੱਚ ਬੋਲੂ ਔਰ ਸੱਚ ਤੁਨੂ ਸਹੀ ਤੁਨੂਗੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆਂ ਕਿ ਐਮ ਐਲ ਏ ਜੀਵਨ ਸਿੰਘ ਸੰਗੋਵਾਲ ਆਪਣੇ ਹਲਕਾ ਗਿਲ ਦੇ ਵਿਕਾਸ ਕੰਮ ਕਿਸ ਪ੍ਰਕਾਰ ਕਰਵਾਉਂਦੇ ਨੇ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਸਾਡੇ ਸਿਟੀ ਲਾਈਫ ਚੈਨਲ ਦੇ ਨਾਲ ਜੁੜੇ ਰਹੋ